जलंधर के थाना लामड़ा के अंतर्गत पड़ते क्षेत्र में चोरी हो गई। चोरी की वारदात में चोरों ने एक दो पहिया वाहन शोरूम को निशाना बनाकर वहां से चार नए वाहन चोरी कर लिए, जिसके बाद मौके पर पहुंची पुलिस ने शोरूम में लगे सीसीटीवी की फुटेज को कब्से में लेकर आगे की जांच शुरू कर दी है। वहीं थाना लामड़ा के एसएचओ मीडिया के सवालों से बचते हुए नजर आए और घटनास्थल से बिना बात किए ही निकल गए। मेरा नाम शेखर दीप हैगा जी। तो सर जी चोरी हुई उहदे बारे सर, सवेरे सानू करीब 6 बजे कॉल आई है इत्थों दी, ठीक है जी, तो कहा गया कि साढ़े शटर टुटे हुए है तो गड्डिया बाहर हैगियां वा, तो असी जदों किथे आए हैं तो शटर टुटे हुए सीगे, तो उस तो बाद असी थाना लांबड़ा दे विच अपने जाके अपनी उत्थे कंप्लेंट की है, दर्ज करवाई है। सर गड्डिया जिहड़ियां आ उह ਕਿੰਨੀਆਂ ਚੋਰੀਆਂ ਹੋਈਆਂ? ਸਰ ਟੋਟਲ 4 ਗੱਡੀਆਂ ਚੋਰੀ ਹੋ ਗਈਆਂ ਜੀ, ਜਿਹਦੇ ਵਿੱਚੋਂ 2 ਸਪਲੈਂਡਰ ਹੈ, 1 ਐਚ ਐਫ ਡੀਲੈਕਸ ਅਤੇ 1 ਸਕੂਟਰ ਹੈਗਾ ਜੀ ਮੈਸਟਰੋ ਐਚ। ਸਰ ਕੈਸ਼ ਵੀ ਕੋਈ ਹੈ? ਸਰ ਕੈਸ਼ ਵੀ ਚੋਰੀ ਹੋਇਆ ਮੇਰਾ ਜੀ, ਆਪਣੇ ਕਹਿੰਦੇ ਤਕਰੀਬਨ ਕੋਈ 2 ਲੱਖ ਰੁਪਏ ਕੈਸ਼ ਸੀਗਾ ਜੀ ਮੇਰੇ ਕੋਲ, ਅਤੇ ਉਹ ਵੀ ਚੋਰੀ ਹੋ ਗਿਆ ਜੀ। ਅਤੇ ਸਰ ਪੁਲਿਸ ਜਿਹੜੀ ਲਾਂਬੜਾ ਪੁਲਿਸ ਜਦੋਂ ਆਈ ਤਾਂ ਉਹਨਾਂ ਨੇ ਸਰ ਲਾਂਬੜਾ ਪੁਲਿਸ ਆ ਕੇ ਦੇਖ ਕੇ ਚਲੀ ਗਈ ਆ, ਉਹਨਾਂ ਨੇ ਹੁਣ ਸਾਨੂੰ ਕਿਹਾ ਵਾ ਕਿ ਤੁਸੀਂ ਇਹਦੀ ਵੀਡੀਓ ਜਿਹੜੀ ਕੈਮਰੇ ਦੇ ਵਿੱਚ ਬਣੀ ਆ ਉਹ ਲੈ ਕੇ ਸਾਡੇ ਕੋਲ ਲਾਂਬੜੇ ਥਾਣੇ ਆ ਜਾਓ, ਅਤੇ ਅਸੀਂ ਤੁਹਾਡੀ ਕੰਪਲੇਂਟ ਰਜਿਸਟਰਡ ਕਰ ਲੈਂਦੇ, ਦਰਜ ਕਰ ਲੈਂਦੇ ਆ। ਅਤੇ ਸਰ ਹੁਣ ਆਪਾਂ ਯਾਨੀ ਕਿ ਜਿਹੜਾ ਕੀ ਚਾਹੁੰਦੇ ਹਾਂ? ਸਰ ਅਸੀਂ ਇਹੀ ਚਾਹੁੰਦੇ ਹਾਂ ਕਿ ਅੱਗੇ ਇੱਕ ਤਾਂ ਦੇਖੋ ਕੋਵਿਡ-19 ਕਰਕੇ ਕਰੋਨਾ ਕਾਲ ਕਰਕੇ ਕਾਫੀ ਮੰਦੀ ਦਾ ਸਾਨੂੰ ਝੇਲਣਾ ਪੈ ਰਿਹਾ ਵਾ ਦੁਕਾਨਦਾਰਾਂ ਨੂੰ, ਬਿਜ਼ਨਸਮੈਨ ਨੂੰ, ਅਤੇ ਉੱਪਰੋਂ ਸਰ ਇੱਦਾਂ ਦਾ ਨੁਕਸਾਨ ਹੋ ਗਿਆ ਵਾ, ਕਾਫੀ ਮਤਲਬ ਨੁਕਸਾਨ ਹੈ ਸਾਡਾ ਇਹ। ਅਸੀਂ ਚਾਹੁੰਦੇ ਹਾਂ ਕਿ ਬਸ ਪੁਲਿਸ ਸਾਡਾ ਸਾਥ ਦੇਵੇ, ਚੋਰਾਂ ਨੂੰ ਫੜ ਕੇ ਸਾਡਾ ਜੋ ਵੀ ਨੁਕਸਾਨ ਹੋਇਆ ਵਾ ਉਹਦੀ ਭਰਪਾਈ ਕੀਤੀ ਜਾਵੇ, ਕਿ ਜਿਹੜਾ ਕਿ ਥੋੜ੍ਹਾ ਮਤਲਬ ਸਾਡਾ ਬਚਾਅ ਹੋ ਜਾਵੇ। ਦੱਸਣਾ ਇਹਦੇ ਵਿੱਚ ਚੋਰੀ ਤਬਦੀਲ ਚੱਲ ਰਹੀ ਪਈ ਆ ਕੰਪਲੇਂਟ ਹਲੇ ਆਈ ਨੀ ਦੇਣੀ ਕਹਿੰਦੇ ਕਮੇਟ ਦਿੰਦਾ ਪਿੰਡ 'ਚ ਪਾ ਕੇ ਦਿੰਦੇ ਹਾਂ ਸਮਾਨ ਜੋ ਵੀ ਹੈਗਾ, ਉਸ ਤੋਂ ਬਾਅਦ ਦੋ ਵਾਰੀ ਕਰ ਦਿੰਦੇ।